ਹਰ ਵੇਲੇ ਡੰਗ ਮਾਰਦਾ ਪਾਸੇ ਲਾਉਣਾ ਪੈਣਾ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰੀ ਦੇ ਨਾਲ ਰਹਿ ਇਹ ਮਨ ਹਰੀ ਨਾਲ ਜੁੜ ਜਾਏਗਾ ਫਿਰ ਹੋਏਗਾ ਕੀ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਤਮਾਮ ਦੁੱਖਾਂ ਤੋਂ ਛੁਟਕਾਰਾ ਹੋਏਗਾ ਮੁਕਤੀ ਹੋ ਜਾਏਗੀ ਜਿਉਂਦਾ ਮੁਕਤ ਹੋ ਜਾਏਗਾ ਹਰੀ ਪਰਮੇਸ਼ਰ ਦਾ ਨਾਮ ਜੇ ਹਿਰਦੇ ਚ ਵਸ ਜਾਏ ਨਹੀਂ ਤੇ ਗੁਰਮੁਖੋ ਇਹਦੇ ਤੋਂ ਬਚਣ ਦਾ ਕੋਈ ਉਪਾਅ ਨਹੀਂ ਕੋਈ ਛੁਟਕਾਰਾ ਨਹੀਂ ਸੰਗਤ ਕਰਦੇ ਰਹਿਣਾ ਚਾਹੀਦਾ ਜਿਹੜਾ ਸੰਗਤ ਵਿੱਚ ਆਉਣਾ ਸ਼ੁਰੂ ਹੋ ਗਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੌਲੀ ਹੌਲੀ ਮਨ ਨੂੰ ਨਾਮ ਦੀ ਰੰਗਤ ਚੜ੍ਹਦੀ ਹੈ ਯਤਨ ਕਰਨਾ ਚਾਹੀਦਾ ਹੈ ਸ਼ੁਰੂ ਸ਼ੁਰੂ ਵਿੱਚ ਮੁਸ਼ਕਲ ਵੀ ਹੁੰਦਾ ਹੈ ਪਹਿਲਾਂ ਗੋਡੇ ਦੁਖੀ ਜਾਣਗੇ ਵਾਸੀਆਂ ਹੀ ਆਈ ਜਾਣਗੀਆਂ ਸੰਗਤ ਵਿੱਚ ਨੀਂਦ ਹੀ ਆਈ ਜਾਏਗੀ ਪਰ ਜਦੋਂ ਸੁਭਾਅ ਬਣ ਜਾਏ ਫਿਰ ਇੱਕ ਦਿਨ ਐਸਾ ਵੀ ਆਉਂਦਾ ਹੈ ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਪੁਰੰਗ ਕਹਿ ਬੇਦਿਆ ਸਨਮੁਖ ਉਠਤਾਵੈ ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੈ ਤੂੰ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਕਾਵੈ ਐਸਾ ਸਮਾਂ ਵੀ ਆ ਜਾਂਦਾ ਮੱਛੀ ਜਿਵੇਂ ਪਾਣੀ ਬਿਨਾਂ ਨਹੀਂ ਬਚਦੀ ਇੱਕ ਦਿਨ ਸਿੱਖ ਇੱਥੋਂ ਤੱਕ ਵੀ ਅੱਪੜ ਜਾਂਦਾ ਬਚ ਨਹੀਂ ਸਕਦਾ ਦਰਸ਼ਨਾਂ ਬਿਨਾਂ ਸਮਾਂ ਲੱਗਦਾ ਗੁਰਮੁਖੋ ਹੌਲੀ ਹੌਲੀ ਮਨ ਨੂੰ ਰੰਗਤ ਚੜ੍ਹਦੀ ਤੇ ਇੱਕ ਗੱਲ ਹੋਰ ਧਿਆਨ ਦੇਣਾ ਸਾਰਾ ਕੁਝ ਹੀ ਆਪਣੇ ਆਪ ਮੋਹ ਵੀ ਖਤਮ ਹੋ ਜਾਂਦਾ ਹੈ ਹਉਮੈ ਵੀ ਜਿਹੜਾ ਬੰਦਾ ਭਜਨ ਕਰਨ ਵਾਲਾ ਹੈ ਬੰਦਗੀ ਕਰਨ ਵਾਲਾ ਹੈ ਉਹਦੀਆਂ ਤਮਾਮ ਇੱਛਾਵਾਂ ਵੀ ਖਤਮ ਹੋ ਜਾਂਦੀਆਂ ਉਹਦੀ ਕੋਈ ਇੱਛਾ ਨਹੀਂ ਰਹਿੰਦੀ
ਕਿ ਮੇਰੀ ਵੱਡੀ ਕੋਠੀ ਬਣੇ ਬਣ ਜਾਏਗੀ ਤਾਂ ਵੀ ਕੋਈ ਨੀ ਨਾ ਬਣ ਜਾਏਗੀ, ਕਹਿੰਦਾ ਤੇਰੇ ਅੰਦਰ ਤੇ ਥਾਂ ਹੈ ਮੇਰੇ ਵਾਸਤੇ, ਇੰਨਾ ਹੀ ਬਣ। ਉਹਨੂੰ ਸੰਤੁਸ਼ਟੀ ਹੋਏਗੀ ਭਜਨ ਕਰਨ ਵਾਲੇ। ਨਾਮ ਜਪਣ ਵਾਲਾ ਕਹਿੰਦਾ ਹੈ ਨਹੀਂ ਵੀ ਬਹੁਤੀ ਜ਼ਮੀਨ ਤਾਂ ਵੀ ਕੋਈ ਗੱਲ ਨੀ, ਸੰਤੁਸ਼ਟ ਹੈ। ਇੱਥੋਂ ਤੱਕ ਕਿ ਬੇ ਔਲਾਦਾ ਹੈ ਜਿਹੜਾ, ਬੇ ਔਲਾਦਾ ਬੜੇ ਨੇ ਜਿਨ੍ਹਾਂ ਦੇ ਘਰ ਚ ਔਲਾਦ ਕੋਈ ਨਹੀਂ। ਬਹੁਤ ਸਾਰੇ ਲੋਕ ਉਹਨਾਂ ਨੂੰ ਘਿਰਨਾ ਦੀ ਨਜ਼ਰ ਨਾਲ ਵੀ ਵੇਖਦੇ ਨੇ। ਸੱਸ ਕਹਿੰਦੀ ਮੇਰੀ ਨੂੰਹ ਦੇ ਬੱਚਾ ਨਹੀਂ ਹੋਇਆ, ਬੜੇ ਦੇ ਘਰ ਔਲਾਦ ਨਹੀਂ ਹੋਈ, ਬੇ ਔਲਾਦ ਨੇ, ਔਲਾਦੇ ਨੇ, ਇਹ ਔਤ ਨੇ, ਇਦਾਂ ਦਾ ਬੜਾ ਕੁਝ ਕਹਿੰਦੇ ਨੇ ਲੋਕ, ਗੱਲਾਂ ਕਰਦੇ ਨੇ, ਮਿਹਣੇ ਮਾਰਦੇ ਨੇ। ਪਰ ਇਹ ਗੱਲ ਨਹੀਂ ਸੋਚਣੀ ਚਾਹੀਦੀ ਅਜੋਕੇ ਸਮੇਂ ਅੰਦਰ। ਤੇ ਮੈਂ ਹਮੇਸ਼ਾ ਅਰਜ਼ ਕਰਨਾ, ਬਹੁਤ ਉਹ ਨੇ ਜਿਨ੍ਹਾਂ ਦੇ ਘਰ ਔਲਾਦ ਹੈ ਨਹੀਂ, ਜਿਨ੍ਹਾਂ ਦਾ ਹੈ ਕੋਈ ਨਹੀਂ, ਪਰ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਉਹ ਨੇ ਜਿਨ੍ਹਾਂ ਦੇ ਹੈ ਬੜੇ ਨੇ ਪਰ ਬਣਦਾ ਕੋਈ ਵੀ ਨਹੀਂ। ਅੱਜ ਕਹੋ ਫਲਾਣੇ ਦੇ ਹੈ ਕੋਈ ਨਹੀਂ, ਇਹ ਤੇ ਇਸ ਪਿੰਡ ਦੇ ਵਿੱਚ ਤੁਸੀਂ ਕਿਤੇ ਤਜਰਬਾ ਕਰਕੇ ਵੇਖੋ, ਇੱਕ ਪਿੰਡ ਦੇ ਵਿੱਚ ਉਹ ਬੀਬੀਆਂ 10 ਘਰ ਹੋਣਗੀਆਂ ਜਿਨ੍ਹਾਂ ਦੇ ਘਰ ਔਲਾਦ ਹੋਈ ਹੀ ਨਹੀਂ, 10 ਘਰ ਹੋਣਗੇ। ਪਰ ਜੇ ਲੱਭਣ ਲੱਗ ਪਓਗੇ ਵੀ ਜਿਹੜੇ ਦੁਖੀ ਨੇ, ਜਿਹੜੇ ਮਾਂ ਬੱਚਿਆਂ ਦੇ ਸਤਾਏ ਹੋਏ ਨੇ, ਉਹ ਤੁਹਾਨੂੰ ਹਜ਼ਾਰ ਲੱਭ ਪੈਣਗੇ। ਹਜ਼ਾਰ 1% ਹੀ ਨੇ ਉਹਨਾਂ ਦੇ ਸਾਹਮਣੇ ਤੇ ਦੁਖੀ ਨੇ ਜਿਹੜੇ ਔਲਾਦ ਬੱਚੇ ਜਿਨ੍ਹਾਂ ਦੇ ਘਰ, ਉਹਦੇ 1% ਨੇ। ਅੱਜ ਹੈ ਸਭ ਕੁਝ ਹੈ, ਪੁੱਤ ਨੇ ਪਰ ਸੁੱਖ ਕੋਈ ਨਹੀਂ, ਪੋਤਰੇ ਨੇ ਪਰ ਸੁੱਖ ਕੋਈ ਨੀ, ਧੀਆਂ ਨੇ ਸੁੱਖ ਕੋਈ ਨਹੀਂ, ਦੋਤਰੇ ਨੇ ਸੁੱਖ ਕੋਈ ਨੀ। ਯਾਦ ਰੱਖੋ ਗੁਰਮੁਖੋ, ਸੁੱਖ ਤੇ ਕਰਮਾਂ ਦਾ ਹੈ, ਕਰਮਾਂ ਦਾ ਸੁੱਖ ਹੈ। ਨਾ ਧੀਆਂ ਸੁੱਖ ਦਿੰਦੀਆਂ ਨੇ, ਨਾ ਪੁੱਤਰ ਸੁੱਖ ਦਿੰਦੇ ਨੇ। ਜੇ ਤੇਰੇ ਕਰਮਾਂ ਚ ਸੁੱਖ ਹੋਇਆ, ਸੱਤ ਬਗਾਨਿਆਂ ਨੇ ਸੁੱਖ ਦੇ ਦੇਣਾ ਆ, ਪੁੱਤਰਾਂ ਕਰਕੇ ਨਹੀਂ। ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਮਹਾਂਪੁਰਖਾਂ ਦੇ ਕਿੰਨੇ ਕੁ ਪੁੱਤਰ ਸੀ, ਸ਼ਾਦੀ ਵੀ ਨਹੀਂ ਸੀ ਹੋਈ, ਪਰ ਪੁੱਤਰਾਂ ਵਰਗੇ ਪੁੱਤਰ ਉਹਨਾਂ ਪਿਆਰ ਕੀ ਕਰਨਗੇ। ਜਾਂਦੇ ਜਾਂਦੇ ਕਹਿ ਗਏ ਤੇਜਾ ਸਿਆਹ, ਓਏ ਰਸੋਈ ਦਾ ਖਿਆਲ, ਭੋਰੇ ਦਾ ਖਿਆਲ ਰੱਖੀ। ਉਹਨਾਂ ਦੀ ਸੇਵਾ ਕਰਦੇ ਸੀ ਨਾ, ਅਰਦਲੀ ਸੀ ਤੇ ਬਾਬਾ ਤੇਜਾ ਸਿੰਘ ਹੁਣ ਮੁਖੀ ਨੇ ਰਾੜਾ ਸਾਹਿਬ ਦੇ। ਮੈਂ ਇੱਕ ਦਿਨ ਗਿਆ ਉੱਥੇ ਮੱਥਾ ਟੇਕਣ, ਮੈਂ ਸੇਵਾਦਾਰਾਂ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਨੂੰ ਮਿਲਾ ਦਿਓ, ਅੱਗੇ ਤੇ ਕਦੇ ਜਾਈਦਾ ਸੀ ਤੇ ਉੱਥੇ ਭੋਰਾ ਸਾਹਿਬ ਵੱਲ ਗੇੜਾ ਕੱਢਣਾ, ਨਮਸਕਾਰ ਉੱਥੇ ਕਰ ਲੈਂਦੇ ਸੀ, ਬਾਹਰ ਹੀ ਬੈਠੇ ਹੁੰਦੇ ਸੀ। ਹੁਣ ਸਰੀਰ ਬਜ਼ੁਰਗ ਹੋ ਗਿਆ, ਘੱਟ ਬਾਹਰ ਆਉਂਦੇ ਨੇ, ਤੇ ਮੈਂ ਕਿਹਾ ਮੈਨੂੰ ਅੰਦਰ ਦਰਸ਼ਨ ਕਰਾ ਦਿਓ। ਸੇਵਾਦਾਰਾਂ ਨੂੰ ਮੈਂ ਰਿਕੁਐਸਟ ਕੀਤੀ, ਬੇਨਤੀ ਕੀਤੀ, ਉਹ ਕਹਿੰਦੇ ਜੀ ਇਕੱਲੇ ਆ ਜਾਓ। ਆਪਾਂ ਜਦੋਂ ਅੰਦਰ ਗਏ, ਮੈਂ ਹੈਰਾਨ ਹੋ ਗਿਆ ਵੇਖ ਕੇ ਕਿ ਸਾਦਾ ਜਿਹਾ ਮੰਜਾ ਪਲੰਗਾ, ਉਹਦੇ ਉੱਤੇ ਸਾਦੀ ਜੀ ਦਰੀ ਵਿਛੀ ਹੋਈ ਸੀ, ਤੇ ਉੱਥੇ ਹੀ ਫਰਿੱਜ ਪਿਆ ਹੋਇਆ, ਉਹਦੇ ਵਿੱਚ ਹੀ ਭਾਂਡੇ ਪਏ ਨੇ, ਵਿੱਚ ਹੀ ਚੁੱਲ੍ਹਾ ਪਿਆ, ਸਿਲੰਡਰ ਸਾਰਾ ਕੁਝ ਵਿੱਚ ਹੀ। ਹੁਣ ਰਸੋਈ ਜਿਹੜੀ ਹੁੰਦੀ ਸਾਡੇ ਘਰ 'ਚੋਂ, ਤਾਂ ਪਤਾ ਲੱਗ ਜਾਂਦਾ ਵੀ ਇਹ ਕਮਰਾ ਨਹੀਂ ਹੈ, ਰਸੋਈ ਹੈ। ਤੇ ਮੈਂ ਪੁੱਛਿਆ, ਮੈਂ ਕਿਹਾ ਆਸਣ ਕਿਤੇ ਹੋਰ ਆ ਬਾਬਾ ਜੀ, ਆਰਾਮ ਕਿੱਥੇ ਕਰਦੇ ਆ? ਤੇ ਮੈਨੂੰ ਸੇਵਾਦਾਰ ਆਖਣ ਲੱਗੇ, ਜੀ ਇਹੀ ਹੈ ਇਹਨਾਂ ਦਾ ਆਰਾਮ ਕਰਨ ਵਾਲਾ ਕਮਰਾ। ਮੈਂ ਕਿਹਾ ਕਮਰਾ ਨਹੀਂ, ਇਹ ਤੇ ਰਸੋਈ ਹੈ। ਕਹਿੰਦੇ ਇੱਕ ਵਾਰੀ ਇਹਨਾਂ ਨੇ ਪੁੱਛਿਆ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ, ਕਹਿੰਦੇ ਮਹਾਰਾ ਆਰਾਮ ਕਿੱਥੇ ਕਰਿਆ ਕਰਾਂ, ਆਰਾਮ ਮੈਂ ਕਿੱਥੇ ਕਰਿਆ ਕਰਾਂ? ਉਹਨਾਂ ਨੇ ਆਖਿਆ ਰਸੋਈ ਬਾਬਾ ਵੱਡੀ ਹੈ, ਵਿੱਚ ਹੀ ਡਾਲਾ ਆਪਣਾ ਮੰਜਾ, ਇੱਥੇ ਪੈ ਜਾ ਕਰ। ਹੁਣ ਵੇਖੋ ਮੁਖੀ ਬਣ ਗਏ ਆ, ਉਹਨਾਂ ਮਹਾਂਪੁਰਖਾਂ ਨੂੰ ਗਿਆ ਨੂੰ ਵੀ 35 ਸਾਲ ਹੋ ਗਏ ਆ, 35 ਸਾਲ ਸਰੀਰ ਛੱਡਿਆ ਨੂੰ ਹੋ ਗਏ, ਰਾੜਾ ਸਾਹਿਬ ਦੇ ਇਸ ਟਾਈਮ ਮੌਜੂਦਾ ਮੁਖੀ ਨੇ, ਕਰੋੜਾਂ ਰੁਪਇਆ ਸੰਗਤਾਂ ਉੱਥੇ ਭੇਟ ਕਰਦੀਆਂ ਨੇ, ਵੱਡੇ ਵੱਡੇ ਲੋਕ ਮੱਥੇ ਟੇਕਦੇ ਆ ਕੇ, ਪਰ ਕਹਿੰਦੇ ਨਾ ਭਾਈ ਉਹ ਕਹਿ ਕੇ ਗਏ ਸੀ ਰਸੋਈ ਚ ਹੀ ਪੈਣਾ। ਆਖੋ ਸਤਨਾਮ, ਭਲਾ ਵੇਖੋ ਸਾਡੇ ਪਿੱਛੇ ਕੁੱਤਾ ਨਹੀਂ ਲੱਗਦਾ, ਸਾਡਾ ਅੱਖਾਂ ਕੌਣ ਮੰਨਦਾ? 35 ਸਾਲ
ਇੱਥੇ ਤੇ ਮੇਰੇ ਵਰਗਾ ਮਾੜਾ ਜਿਹਾ ਵਾਜਾ ਵਜਾਉਣ ਲੱਗ ਜੇ ਪਹਿਲਾਂ ਆਪਣਾ ਕਹੀਦਾ ਵੀ ਮੇਰਾ ਬਣਾਓ ਕੁਛ, ਮੈਂ ਕਿੱਥੇ ਰਹਿਣਾ ਹੈ, ਮੇਰਾ ਸਾਰਾ ਕੁਝ ਬਣਨਾ ਚਾਹੀਦਾ, ਮੇਰੀ ਰਿਹਾਇਸ਼ ਚੰਗੀ ਹੋਣੀ ਚਾਹੀਦੀ ਹੈ। ਪਰ ਵੇਖੋ ਉਹਨਾਂ ਮਹਾਂਪੁਰਖਾਂ ਨੇ ਅੱਜ ਤੱਕ ਹੁਣ ਵੀ ਰਸੋਈ ਚ ਵੀ ਉਹਨਾਂ ਨੇ ਕਿਹਾ ਸੀ ਵੀ ਤੂੰ ਇੱਥੇ ਡਾਹ ਲੈ ਮੰਜਾ, ਅੱਜ ਵੀ ਉੱਥੇ ਕਮਾਈ ਦੀ ਖੇਡ ਸੀ ਬੰਦਗੀ ਦੀ, ਤੇ ਸੁੱਖ ਕਰਮਾਂ ਕਰਕੇ ਮਿਲਦਾ, ਬੱਚਿਆਂ ਕਰਕੇ ਨਹੀਂ, ਔਲਾਦ ਕਰਕੇ ਨਹੀਂ। ਜ਼ਰੂਰੀ ਨਹੀਂ ਜਿਹਦੇ ਸੱਤ ਪੁੱਤ ਨੇ ਉਹ ਬੜਾ ਸੁਖੀ ਹੋ ਗਏ, ਉਹ ਸਾਰਾ ਸਭ ਨਾਲੋਂ ਜ਼ਿਆਦਾ ਹੀ ਦੁਖੀ ਉਹ ਹੋਵੇ ਜਿਹਦੇ ਜ਼ਿਆਦਾ ਨੇ ਪੁੱਤ। ਜਿੰਨੇ ਜ਼ਿਆਦਾ ਨੇ ਉਨੇ ਹੀ ਧੱਕੇ ਬਹੁਤੇ ਮਾਰਦੇ, ਉਨਾ ਕਲੇਸ਼ ਜ਼ਿਆਦਾ, ਉਨੀਆਂ ਲੜਾਈਆਂ ਜ਼ਿਆਦਾ ਆ। ਤੇ ਮੈਂ ਜਿੰਨੇ ਪੁੱਤਰ ਬੈਠੇ ਨੇ ਤੁਹਾਡੇ ਚੋ ਹੀ ਗੁਰਮੁਖੋ, ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਨੇ, ਕੀ ਫਾਇਦਾ ਫਿਰ ਮਰਿਆ ਵੇਲੇ ਮੜੀ ਤੇ ਜਦੋਂ ਜਾਣਗੇ ਨਾ ਚੀਖਾ ਤੇ ਲਿਜਾਣ ਵੇਲੇ, ਆਖਰੀ ਵਾਰੀ ਇੱਕ ਵਾਰੀ ਸਰੀਰ ਰੱਖਿਆ ਜਾਂਦਾ, ਨੂੰਹਾਂ ਵੀ ਮੱਥੇ ਟੇਕ ਲੈਣ, ਪੁੱਤ ਵੀ ਮੱਥੇ ਟੇਕ ਲੈਣ, ਘਰ ਵਾਲੀ ਵੀ ਪੈਰਾਂ ਤੇ ਮੱਥਾ ਟੇਕਦੀ, ਉਹ ਕੀ ਫਾਇਦਾ ਮਰਿਆ ਤੇ ਕਿਹੜਾ ਵੇਖਦਾ। ਉਹ ਜਿਉਂਦਿਆਂ ਕਦੇ ਤੇ ਪੈਰੀ ਹੱਥ ਲਾਇਆ ਕਰੋ, ਅਸੀਂ ਸੰਗ ਨਾਲ ਹੀ ਮਰ ਜਾਣਾ। ਕਈ ਬੰਦੇ ਨੇ ਪੁੱਤ ਪਿਓ ਨੂੰ ਪਿਆਰ ਬੜਾ ਕਰਦੇ ਨੇ, ਕਹਿੰਦੇ ਨੀ ਕਦੇ ਵੀ ਬਾਪੂ ਮੈਂ ਤੈਨੂੰ ਬੜਾ ਪ੍ਰੇਮ ਕਰ, ਕਹਿੰਦੇ ਨੀ, ਪਿਆਰ ਕਰਦੇ ਨੇ ਪਿਓ ਨੂੰ, ਉਦਾਂ ਹੀ ਸ਼ਰਮ ਨਾਲ ਹੀ ਪਰੇ ਹੀ ਰਹਿਣਗੇ। ਇਸੇ ਤਰ੍ਹਾਂ ਨਹੀਂ, ਇਹ ਸਮਾਂ ਨਾ ਲੰਘਾਓ ਜ਼ਰੂਰ, ਭਾਵੇਂ ਅਸੀਂ ਪੇਂਡੂ ਆ। ਅੱਜ ਕੱਲ੍ਹ ਜਿਹੜੇ ਬੱਚੇ ਪੜ੍ਹ ਲਿਖ ਗਏ ਨੇ ਉਹ ਪੈਰੀ ਹੱਥ ਲਾਉਂਦੇ ਸੀ, ਅੱਜ ਕੱਲ੍ਹ ਬਦਲ ਗਿਆ, ਸਮਾਂ ਹੋਰ ਬਦਲ ਗਿਆ। ਪਰ ਇੱਕ ਵਾਰੀ ਜ਼ਰੂਰ ਆਪਣੇ ਬਾਪੂ ਦੇ ਪੈਰੀ ਹੱਥ, ਪਿਤਾ ਦੇ ਪੈਰੀ ਹੱਥ, ਮਾਂ ਦੇ ਪੈਰੀ ਹੱਥ ਜਿਉਂਦਿਆਂ ਲਾਈਏ। ਸਭ ਕੁਝ ਮਿਲ ਜਾਂਦਾ, ਮਾਂ ਨਹੀਂ ਮਿਲਦੀ, ਮੁੜ ਕੇ ਪਿਓ ਨਹੀਂ ਮਿਲਦਾ। ਇਹ ਸਭ ਨਾਲੋਂ ਵੱਡੇ ਤੀਰਥ ਨੇ, ਉਹਨਾਂ ਦੀ ਸੇਵਾ, ਮਾਂ ਪਿਓ ਦੀ ਸੇਵਾ ਜੇ ਨਾ ਕਰ ਸਕੇ, ਜਿੱਥੇ ਮਾਂ ਨੂੰ ਖੁਸ਼ ਨਾ ਕਰ ਸਕਿਆ, ਤੇ ਰੱਬ ਖੁਸ਼ ਨਹੀਂ ਹੋਏਗਾ। ਮਾਂ ਦਾ ਦਿਲ ਦਿਖਾਉਣ ਵਾਲਾ ਬੰਦਾ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਦਾ, ਰੱਬ ਵੀ ਕਦੇ ਉਹਨਾਂ ਤੇ ਖੁਸ਼ ਨਹੀਂ ਹੁੰਦਾ ਜਿਹੜੇ ਮਾਂ ਦਾ ਦਿਲ ਦਿਖਾਉਂਦੇ। ਮਾਂ ਤੇ ਮਾਂ ਹੁੰਦੀ, ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਆ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਕਹਿੰਦੇ ਮਾਂ ਵਰਗਾ ਕਣਛਾਵਾਂ ਬੂਟਾ ਵੇਖਿਆ ਹੀ ਨਹੀਂ ਕੋਈ, ਸਵਰਗ ਵੀ ਰੱਬ ਨੇ ਬਣਾਏ, ਉਧਾਰੀ ਛਾਂ ਲੈ ਕੇ। ਛਾਂ ਕਿਹਦੇ ਤੋਂ ਉਧਾਰੀ ਲਈ? ਮਾਂ ਤੋਂ। ਇਹਦਾ ਅਰਥ ਇਹ ਬਣਦਾ ਹੈ ਵੀ ਸਵਰਗ ਮਾਂ ਦੀ ਗੋਦ ਨਾਲੋਂ ਚੰਗਾ ਨਹੀਂ ਹੋ ਸਕਦਾ, ਉਹ ਥੱਲੇ ਹੈ, ਮਾਂ ਦੀ ਗੋਦ ਉਦੋਂ ਵੀ ਉੱਪਰ ਹੁੰਦੀ ਹੈ। ਇਸ ਕਰਕੇ ਮੈਂ ਅਰਜ਼ ਕਰਦਾ ਰਹਿਣਾ ਕਿ ਮਾਂ ਆਪ, ਜਿੱਦਣ ਤੂੰ ਜੰਮਿਆ ਸੈਂ, ਤੂੰ ਪਹਿਲਾ ਸਾਹ ਜਿੱਦਣ ਲਿਆ ਸੀ, ਤੇਰੀ ਮਾਂ ਤੇਰੇ ਕੋਲ ਸੀ, ਪਿਓ ਤੇਰੇ ਕੋਲ ਸੀ। ਜਿੱਦਣ ਤੂੰ ਪਹਿਲਾ ਸਾਹ ਲਿਆ, ਤੇਰੇ ਮਾਂ, ਤੇਰੀ ਪਿਓ, ਤੇਰਾ ਪਿਤਾ, ਤੇਰੀ ਮਾਂ ਉਸ ਵੇਲੇ ਕੋਲ ਸੀ। ਕੋਸ਼ਿਸ਼ ਕਰਿਓ ਜਿੱਦਣ ਮਾਂ ਦਾ ਆਖਰੀ ਸਾਹ ਹੋਵੇ ਉਦਣ ਤੂੰ ਉਹਦੇ ਕੋਲ ਹੋ। ਜਿੱਦਣ ਤੂੰ ਪਹਿਲਾ ਸਾਹ ਲਿਆ ਤੇਰੀ ਮਾਂ ਕੋਲ ਸੀ। ਕੋਸ਼ਿਸ਼ ਕਰੋ ਐਡੀ ਦੂਰ ਨਾ ਭੱਜ ਜਾਓ ਵੀ ਮਾਂ ਦਾ ਜਿੱਦਣ ਆਖਰੀ ਸਾਹ ਹੋਵੇ ਉਦਣ ਪੁੱਤਰ ਕੋਲ ਨਾ ਹੋਵੇ। ਯਤਨ ਕਰਨਾ ਚਾਹੀਦਾ ਉਦਣ ਕੋਲ ਹੋਈਏ, ਜਿੱਦਣ ਮਾਂ ਜਾਏ, ਜਿੱਦਣ ਪਿਓ ਦੁਨੀਆਂ ਵਿੱਚੋਂ ਜਾਏ। ਮਾਂ ਆਪ ਗਿੱਲੇ ਥਾਂ ਤੇ ਪੈਂਦੀ ਰਹੀ ਹੈ, ਤੈਨੂੰ ਉਹਨੇ ਸੁੱਕੇ ਥਾਂ ਤੇ ਪਾਇਆ ਹੈ, ਬੱਚੇ ਨੇ ਫਿਰ ਥਾਂ ਗਿੱਲਾ ਕਰ ਦਿੱਤਾ ਤੇ ਚੁੱਕ ਕੇ ਮਾਂ ਨੇ ਢਿੱਡ ਤੇ ਪਾ ਲਿਆ, ਗਿੱਲੇ ਥਾਂ ਤੇ ਆਪ ਪੈ ਜਾਂਦੀ ਹੈ। ਸਰਦੀ ਦਾ ਮੌਸਮ ਹੋਵੇ ਬੱਚੇ ਨੂੰ ਉੱਪਰ ਢਿੱਡ ਤੇ ਰੱਖ ਲੈਂਦੀ ਹੈ, ਬਿਸਤਰਾ ਗਿੱਲਾ ਤੂੰ ਕਰਦਾ ਰਿਹਾ, ਯਤਨ ਕਰ, ਕੋਸ਼ਿਸ਼ ਕਰ। ਗਿੱਲੇ ਥਾਂ ਤੇ ਉਦੋਂ ਮਾਂ ਸੌਂਦੀ ਸੀ, ਤੈਨੂੰ ਸੁੱਕੇ ਥਾਂ ਤੇ ਪਾਇਆ ਸੀ ਨਾ, ਕੋਸ਼ਿਸ਼ ਕਰ ਵੀ ਤੇਰੇ ਕਰਕੇ ਤੇਰੀ ਮਾਂ ਦੀਆਂ ਅੱਖਾਂ ਕਦੇ ਗਿੱਲੀਆਂ ਨਾ ਹੋਣ, ਤੇਰੇ ਪਿਓ ਨੂੰ ਰੋਣਾ ਨਾ ਪਵੇ ਤੇਰੇ ਕਰਕੇ। ਹੋਰ ਬੜੀਆਂ ਮੁਸ਼ਕਲਾਂ ਹੁੰਦੀਆਂ, ਪਰ ਇੱਕ ਗੱਲ ਮੈਂ ਕਵਾਂਗਾ, ਜਿਹਦੇ ਮਾਂ ਬੱਚੇ
ਸਹਾਰਾ ਦਿੰਦੇ ਆ। ਬੱਚੇ ਦੁੱਖ ਜਿਹੜੇ ਫੋਲਦੇ ਨੇ ਉਹ ਮਾਂ ਦੁੱਖ ਵਿੱਚ ਵੀ ਦੁਖੀ ਨਹੀਂ ਹੁੰਦੀ, ਕਹਿੰਦੀ ਮੈਂ ਬੜੀ ਵੱਡੀ ਹਾਂ, ਮੇਰਾ ਪੁੱਤਰ ਮੈਨੂੰ ਹਾਲ ਚਾਲ ਪੁੱਛਦਾ, ਪਰ ਤੇਰੇ ਕਰਕੇ ਤੇਰੀ ਮਾਂ ਨਾ ਰੋਵੇ ਕਦੀ, ਮਾਂ ਦਾ ਦਿਲ ਨਾ ਦਿਖਾਓ, ਤੇਰੀ ਮਾਂ ਗਿੱਲੇ ਥਾਂ ਤੇ ਪਈ ਹੈ, ਤੇਰੇ ਕਰਕੇ ਤੇਰੀ ਮਾਂ ਦੀਆਂ ਜ਼ਿੰਦਗੀ ਚ ਅੱਖਾਂ ਗਿੱਲੀਆਂ ਨਾ ਹੋਣ, ਐਸੀ ਕੋਈ ਕਰਤੂਤ ਨਾ ਕਰੀ, ਐਸਾ ਕੋਈ ਕੰਮ ਨਾ ਕਰੀ ਕਿ ਤੇਰੇ ਪਿਓ ਨੂੰ ਤੇਰੇ ਪਿੱਛੇ ਰੋਣਾ ਪੈ ਜਾਏ। ਬੜੀਆਂ ਅਰਦਾਸਾਂ ਕਰ ਕਰਕੇ ਮਾਪੇ ਬੜੇ ਅਰਦਾਸਾਂ ਕਰ ਕਰਕੇ ਪੁੱਤਰ ਲੈਂਦੇ ਆ, ਪਤਾ ਨੀ ਕਿੰਨੀਆਂ ਕੁ ਬੇਨਤੀਆਂ ਕਰਦੇ ਆ, ਤੇ ਬੜੀ ਰੀਝ ਨਾਲ ਲੋਕ ਬੱਚਿਆਂ ਨੂੰ ਪਾਲਦੇ ਆ, ਤੇ ਜਿਹੜੇ ਧੱਕੇ ਮਾਰਦੇ ਵੀ ਵੇਖੇ ਆ ਬੱਚੇ।